ਦੋਸਤੋ ਇਹ ਉਹ ਜੇਲ੍ਹ ਹੈ ਜਿੱਥੇ ਭਾਨਾ ਸਿੱਧੂ ਨੂੰ ਕੈਦ ਕੀਤਾ ਗਿਆ ਹੈ। ਭਾਨੇ ਸਿੱਧੂ ਨੂੰ ਕੱਲ੍ਹ ਕਿਉਂ ਨਹੀਂ ਛੱਡਿਆ ਇਸ ਗੱਲ ਬਾਰੇ ਵੀ ਜਿਹੜੀ ਚਰਚਾ ਕਰਾਂਗੇ, ਪਰ ਦੋਸਤੋ ਪਹਿਲਾਂ ਇਹ ਉਹ ਜੇਲ੍ਹ ਦੇਖੋ ਜਿੱਥੇ ਭਾਨੇ ਸਿੱਧੂ ਨੂੰ ਕੈਦ ਕੀਤਾ ਗਿਆ ਹੈ। ਕੱਲ੍ਹ ਐਲਾਨ ਹੋਇਆ ਸੀ 10 ਫਰਵਰੀ ਨੂੰ ਵੀ ਜਿਹੜਾ ਭਾਨੇ ਸਿੱਧੂ ਨੂੰ ਛੱਡ ਦਿੱਤਾ ਜਾਊਗਾ। 3 ਫਰਵਰੀ ਨੂੰ ਲਿਖਤੀ ਰੂਪ ਵਿੱਚ ਸਮਝੌਤਾ ਹੋਇਆ ਸੀ ਪੁਲਿਸ ਦੇ ਨਾਲ ਵੀ 10 ਫਰਵਰੀ ਨੂੰ ਜਿਹੜਾ ਭਾਨੇ ਸਿੱਧੂ ਨੂੰ ਛੱਡ ਦਿੱਤਾ ਜਾਊਗਾ। ਰਾਤ ਦੇ 11-12 ਵਜੇ ਤੱਕ ਜਿਹੜੀ ਲੋਕ ਉਡੀਕ ਕਰਦੇ ਰਹੇ ਇਸ ਥਾਂ 'ਤੇ ਬੈਠ ਕੇ ਵੀ ਜਿਹੜਾ ਭਾਨਾ ਸਿੱਧੂ ਹੁਣ ਬਾਹਰ ਆਇਆ, ਭਾਨਾ ਸਿੱਧੂ ਹੁਣ ਬਾਹਰ ਆਇਆ, ਪਰ ਦੋਸਤੋ ਭਾਨਾ ਸਿੱਧੂ ਜਿਹੜਾ ਬਾਹਰ ਨਹੀਂ ਆਇਆ। 3 ਫਰਵਰੀ ਨੂੰ ਵੱਡਾ ਹਜੂਮ ਸੰਗਰੂਰ ਵਿਖੇ ਕਿਸਾਨਾਂ ਦਾ ਪਹੁੰਚਿਆ ਸੀ ਭਾਨੇ ਸਿੱਧੂ ਦੇ ਸਪੋਰਟਰਾਂ ਦਾ, ਜਿਸ ਕਾਰਨ ਭਗਵੰਤ ਮਾਨ ਇੰਨਾ ਕੁ ਜ਼ਿਆਦਾ ਹਿੱਲ ਗਿਆ ਸੀ ਵੀ ਜਿਹੜਾ ਪੁਲਿਸ ਨੂੰ ਨਾਲ ਦੀ ਨਾਲ ਸਮਝੌਤਾ ਕਰਨ ਭੇਜ ਦਿੱਤਾ ਸੀ ਅਤੇ 10 ਫਰਵਰੀ ਦਾ ਦਿਨ ਰੱਖ ਦਿੱਤਾ ਸੀ ਭਾਨੇ ਸਿੱਧੂ ਨੂੰ ਜਿਹੜਾ ਛੱਡ ਦਿੱਤਾ ਜਾਵੇਗਾ। ਅਤੇ ਦੋਸਤੋ ਹੁਣ ਗੱਲ ਕਰਦੇ ਹਾਂ ਛੱਡਿਆ ਕਿਉਂ ਨਹੀਂ। ਤੁਸੀਂ ਜਾਣਦੇ ਹੋ ਵੀ 13 ਫਰਵਰੀ ਨੂੰ ਜਿਹੜਾ ਕਿਸਾਨਾਂ ਨੇ ਦਿੱਲੀ ਵਿਖੇ ਜਾਣਾ, ਇੱਕ ਵੱਡਾ ਕਾਫਲਾ ਜਿਹੜਾ ਭਾਨੇ ਸਿੱਧੂ ਨੇ ਵੀ ਜਿਹੜਾ ਉੱਥੇ ਲੈ ਕੇ ਜਾਣਾ ਸੀ ਲੱਖੇ ਸਿਧਾਣੇ ਨੇ ਭਾਨੇ ਸਿੱਧੂ ਨੇ, ਕਿਉਂਕਿ ਦੋਸਤੋ ਆਪਾਂ ਜਾਣਦੇ ਹਾਂ ਵੀ ਭਾਨੇ ਸਿੱਧੂ ਦੇ ਨਾਲ ਵੀ ਜਿਹੜੇ ਬਹੁਤ ਯੂਥ ਜੁੜਿਆ ਹੋਇਆ ਹੈਗਾ। 3 ਫਰਵਰੀ ਨੂੰ ਐਲਾਨ ਹੋਇਆ 10 ਫਰਵਰੀ ਨੂੰ ਛੱਡਣਾ ਸੀ, ਪਰ ਛੱਡਿਆ ਇਸ ਕਰਕੇ ਨਹੀਂ ਕਿਉਂਕਿ ਦੋਸਤੋ ਵੱਧ ਚੜ੍ਹ ਕੇ ਬੰਦੇ ਜੋੜਨੇ ਸੀ ਭਾਨੇ ਸਿੱਧੂ ਨੇ ਕਿਸਾਨ ਮੋਰਚੇ ਵਾਸਤੇ ਦਿੱਲੀ, ਜਿਹੜੀ ਆਪਾਂ ਜਾਣਦੇ ਹੋ ਵੀ 13 ਫਰਵਰੀ ਨੂੰ ਜਿਹੜਾ ਕਿਸਾਨ ਚੱਲੇ ਨੇ। ਪਰ ਦੋਸਤੋ ਜਿਹੜੀ ਕੇਂਦਰ ਸਰਕਾਰ ਨੇ ਭਗਵੰਤ ਮਾਨ ਨੂੰ ਹੋ ਸਕਦਾ ਵੀ ਗੱਲਬਾਤ ਹੋਈ ਹੋਵੇ ਅਤੇ ਕਿਹਾ ਹੋਵੇ ਵੀ ਜਿਹੜਾ ਇੱਥੇ ਹੀ ਇਹਨਾਂ ਨੂੰ ਰੋਕ ਲਿਆ ਜਾਵੇ, ਕਿਉਂਕਿ ਦੋਸਤੋ ਜੇ ਭਾਨਾ ਸਿੱਧੂ ਅੰਦਰ ਉਹ ਕਿਸਾਨ ਜਿਹੜੇ 2 ਧੜਿਆਂ ਵਿੱਚ ਵੰਡੇ ਜਾਣਗੇ। ਕਿਤੇ ਤਾਂ ਭਾਨੇ ਸਿੱਧੂ ਦੇ ਸਪੋਰਟਰਾਂ ਨੇ ਵੀ ਦਿੱਲੀ ਕਿਸਾਨਾਂ ਨਾਲ ਜਾਣਾ ਸੀ, ਨਹੀਂ ਹੁਣ ਜਿਹੜੇ ਭਾਨੇ ਸਿੱਧੂ ਦੇ ਸਪੋਰਟਰ ਨੇ ਉਹ ਕਿਤੇ ਨਾ ਕਿਤੇ ਜਿਹੜੇ ਹੁਣ ਸੰਗਰੂਰ ਧਰਨਾ ਲਾਉਣਗੇ ਜਾਂ ਕਿਤੇ ਹੋਰ ਧਰਨਾ ਲਾਉਣਗੇ ਜੇ ਭਾਨਾ ਸਿੱਧੂ ਬਾਹਰ ਆ ਜਾਂਦਾ, ਫਿਰ ਤਾਂ ਦੋਸਤੋ ਸਾਰੇ ਹੀ ਜਿਹੜੇ ਦਿੱਲੀ ਚਲੇ ਜਾਂਦੇ। ਇਸ ਕਰਕੇ 2 ਧੜਿਆਂ ਦੇ ਵਿੱਚ ਜਿਹੜਾ ਕਿਸਾਨਾਂ ਨੂੰ ਵੰਡ ਦਿੱਤਾ ਗਿਆ। ਸਭ ਜੇਲ੍ਹ ਹੈ ਦੋਸਤੋ ਇਹ ਮਲੇਰਕੋਟਲੇ ਦੀ, ਭਾਨਾ ਸਿੱਧੂ ਇੱਥੇ ਕੈਦ ਹੈ, ਇਸ ਕਰਕੇ ਹੀ ਜਿਹੜਾ ਭਾਨੇ ਸਿੱਧੂ ਨੂੰ ਦੋਸਤੋ ਛੱਡਿਆ ਨਹੀਂ ਗਿਆ। ਇਹ ਵੱਡੀ ਵਜ੍ਹਾ ਹੋ ਸਕਦੀ ਹੈਗੀ ਕਿਉਂਕਿ ਬਹੁਤ ਜ਼ਿਆਦਾ ਜਿਹੜਾ ਆਪਾਂ ਕਹਿ ਦਈਏ ਭਾਨੇ ਸਿੱਧੂ ਨੇ ਯੂਥ ਜਿਹੜਾ ਦਿੱਲੀ ਲੈ ਕੇ ਜਾਣਾ ਸੀ, ਜਿਵੇਂ ਕਿ ਪਿਛਲੀ ਵਾਰੀ ਭਾਨੇ ਸਿੱਧੂ ਨੇ ਬਹੁਤ ਵੱਡਾ ਜਿਹੜਾ ਆਪਣਾ ਸਾਥ ਦਿੱਤਾ ਸੀਗਾ ਦਿੱਲੀ ਅੰਦੋਲਨ ਵਿੱਚ ਇਕੱਠ ਕਰਨ ਲਈ। ਅਤੇ ਦੋਸਤੋ ਭਾਨੇ ਸਿੱਧੂ ਦੇ ਘਰ ਜਿਹੜਾ ਕਾਫੀ ਇਕੱਠ ਸੀ, ਕੱਲ੍ਹ ਲੰਗਰ ਬਣੇ ਹੈ ਨਾ, ਅਤੇ ਇੰਨੀਆਂ ਉਮੀਦਾਂ ਕਰ ਰੱਖੀਆਂ ਭਗਵੰਤ ਮਾਨ ਤੋਂ ਵੀ ਜਿਹੜਾ ਅੱਜ ਭਾਨੇ ਸਿੱਧੂ ਨੂੰ ਛੱਡ ਦਿੱਤਾ ਜਾਊ, ਪਰ ਦੋਸਤੋ ਭਾਨੇ ਸਿੱਧੂ ਨੂੰ ਨਹੀਂ ਛੱਡਿਆ। ਅਤੇ ਭਾਨੇ ਸਿੱਧੂ ਦੇ ਜਿੰਨੇ ਵੀ ਸਪੋਰਟਰ ਆਏ ਸੀ ਇਸ ਥਾਂ ਤੋਂ ਇਸ ਥਾਂ 'ਤੇ ਬੈਠ ਕੇ ਹੈ ਨਾ, ਗੱਡੀਆਂ ਲੈ ਕੇ ਆਇਆ, ਕੋਈ ਟਰੈਕਟਰ ਸਜਾ ਕੇ ਲੈ ਕੇ ਆਇਆ, ਪਰ ਇਸ ਥਾਂ ਤੋਂ ਜਿਹੜਾ ਉਹਨਾਂ ਨੂੰ ਨਿਰਾਸ਼ ਮੁੜਨਾ ਪਿਆ।